ਨਾ ਪਿੰਡ ਦਿਲ ਚੋਂ ਨਿਕਲਦਾ ਭਾਵੇਂ ਪਿੰਡ ਚੋਂ ਨਿਕਲਿਆ ਮੈਂ ਨਾ ਪਿੰਡ ਦਿਲ ਚੋਂ ਨਿਕਲਦਾ ਭਾਵੇਂ ਪਿੰਡ ਚੋਂ ਨਿਕਲਿਆ ਮੈਂ ਛੱਡ ਯਾਰ ਪਿਆਰਿਆਂ ਨੂੰ ਮੋਜਜ਼ ਨਾਜ਼ਰੀਨ ਅਸਲਾਮ ਅਲੈਕਮ ਹਮੇਸ਼ਾ ਦੀ ਤਰ੍ਹਾਂ ਪੰਜਾਬ ਰੰਗ ਤੋਂ ਅੱਜ ਮਲਕ ਫੈਲ ਰੰਗਪੁਰ ਤੁਹਾਡੀ ਖਿਦਮਤ 'ਚ ਹਾਜ਼ਰ ਔਰ ਅੱਜ ਅਸੀਂ ਤੁਹਾਡੇ ਨਾਲ ਇੱਕ ਨਵਾਂ ਵਿਸ਼ਾ ਲੈ ਕੇ ਆਏ ਹਾਂ ਕਿ ਸਾਡੇ ਨਾਲ ਅੱਜ ਜੁੜੇ ਨੇ ਨਾ ਬਾਬਾ ਝੰਡਾ ਜੀ ਸਾਹਿਬ ਜਿਹੜੇ ਕਿ ਹਿੰਦੁਸਤਾਨ 'ਚੋਂ ਮਾਈਗ੍ਰੇਸ਼ਨ ਕਰਕੇ ਪਾਕਿਸਤਾਨ ਦੇ ਵਿੱਚ ਆਏ ਨੇ ਅਤੇ ਅੱਜ ਅਸੀਂ ਉਹਨਾਂ ਦੇ ਨਾਲ ਉਹਨਾਂ ਦੀਆਂ ਸਾਂਝਾਂ ਸ਼ੇਅਰ ਕਰਾਂਗੇ ਔਰ ਮੈਂ ਸਭ ਤੋਂ ਪਹਿਲੇ ਸ਼ੁਕਰੀਆ ਅਦਾ ਕਰਦਾ ਜਨਾਬ ਚੌਜਿੰਦਰ ਖਾਲਕ ਸਾਹਿਬ ਦਾ ਜਿਨ੍ਹਾਂ ਦੀ ਹਮੇਸ਼ਾ ਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਵਾਸਤੇ ਅੱਛੇ ਅੱਛੇ ਪ੍ਰੋਗਰਾਮ ਲੈ ਕੇ ਆਵਾਂ ਬਾਬਾ ਜੀ ਅਸੀਂ ਤੁਹਾਡੇ ਕੋਲੋਂ ਪੁੱਛਣਾ ਚਾਹੁੰਦੇ ਹਾਂ ਕਿ ਹਿੰਦੁਸਤਾਨ ਦੇ ਵਿੱਚ ਤੁਸੀਂ ਕਿੱਥੇ ਪੈਦਾ ਹੋਏ ਅਤੇ ਆਪਣੀ ਜ਼ਿੰਦਗੀ ਦੇ ਬਾਰੇ ਕੁਝ ਦੱਸੋ ਤੁਸੀਂ ਅੱਛਾ ਜੀ ਤਹਿਸੀਲ ਕਿਹੜੀ ਸੀ ਜੀ ਤਹਿਸੀਲ ਹੁਸ਼ਿਆਰਪੁਰ ਅੱਛਾ ਕਿੰਨੀ ਉਮਰ ਸੀ ਉਦੋਂ ਪਾਰਟੀਸ਼ਨ ਹੋਈ ਜੀ ਬਾਬਾ ਜੀ ਕੀ ਕਰਦੇ ਸੀ ਉਸ ਵੇਲੇ ਉੱਥੇ ਹਾਂਜੀ ਅੱਛਾ ਕਿੰਨੇ ਭੈਣ ਭਾਈ ਸੀ ਚਾਚੇ ਦੇ ਪੁੱਤ ਸੀਗੇ ਚਾਰ ਪੰਜ ਮੈਂ ਇਕੱਲਾ ਸੀ ਅੱਛਾ ਅਤੇ ਕੁਛ ਦੱਸੋ ਆਪਣੇ ਖਾਨਦਾਨ ਦੇ ਬਾਰੇ ਦੱਸੋ ਕਿਸ ਤਰ੍ਹਾਂ ਸੀ ਘਰ ਸੀ ਕਿਸ ਤਰ੍ਹਾਂ ਸੀ ਸਾਰਾ ਕੁਝ ਦੱਸੋ ਹਾਂਜੀ ਬਾਬਾ ਜੀ ਤੁਸੀਂ ਆਪਣੇ ਬਾਰੇ ਦੱਸੋ ਕਿ ਤੁਹਾਡਾ ਨਾਮ ਕੀ ਸੀ ਕਿੰਨੇ ਭੈਣ ਭਾਈ ਸੀ ਕਿਹੜਾ ਪਿੰਡ ਸੀ ਕਿਸ ਤਰ੍ਹਾਂ ਦੇ ਘਰ ਸੀ ਜ਼ਰਾ ਆਪਣੀ ਜ਼ਿੰਦਗੀ ਦੇ ਬਾਰੇ ਦੱਸੋ ਕੁਛ ਸਾਨੂੰ ਅੱਛਾ ਅਤੇ ਕਿੰਨੇ ਭੈਣ ਭਾਈ ਸੀ ਮੈਂ ਇਕੱਲਾ ਸੀ ਅੱਛਾ ਅਤੇ ਚਾਚੇ ਤਾਏ ਦੇ ਨਾਜ਼ਰੀਨ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਬਾਬਾ ਜੀ ਦਾ ਨਾਮ ਬਾਬਾ ਝੰਡਾ ਜੀ ਹੈ ਔਰ ਇਹ ਪਿੰਡ ਜਿਹੜਾ ਮਿਆਣੀ ਪਠਾਣਾ ਤਹਿਸੀਲ ਦਸੂਹਾ ਜ਼ਿਲ੍ਹਾ ਹੁਸ਼ਿਆਰਪੁਰ ਤੋਂ ਇਹਨਾਂ ਦਾ ਤਲਕ ਹੈ ਔਰ ਇਹਨਾਂ ਦੀ ਉਮਰ ਪਾਰਟੀਸ਼ਨ ਦੇ ਵਕਤ ਕੋਈ 25 ਸਾਲ ਦੀ ਕਰੀਬ ਸੀ ਲਿਹਾਜ਼ਾ ਕੋਈ ਯਾਦਦਾਸ਼ਤ ਦਾ ਹੀ ਮਸਲਾ ਅਸੀਂ ਕੋਸ਼ਿਸ਼ ਕਰਾਂਗੇ ਕਿ ਸਾਰਾ ਵਿਚਾਰ ਇਹਨਾਂ ਦੇ ਬਾਰੇ ਦਾ ਬਾਬਾ ਜੀ ਤੁਹਾਡੇ ਭਾਈ ਦਾ ਕੀ ਨਾਂ ਸੀ ਉੱਥੇ ਹਾਂਜੀ ਅਤੇ ਚਾਚੇ ਦਾ ਜੀ ਅੱਛਾ ਉਹ ਕੀ ਕਰਦੇ ਸੀ ਬਾਬਾ ਜੀ ਦੱਸੋ ਕੋਈ ਆਪਣੀ ਜ਼ਿੰਦਗੀ ਦੇ ਬਾਰੇ ਕੋਈ ਆਪਣੇ ਹਾਲਾਤ ਦੱਸੋ ਬਚਪਨ ਦੇ ਕਿਸ ਤਰ੍ਹਾਂ ਸੀ ਅੱਛਾ ਕਿੱਦਾਂ ਬਚਪਨ ਗੁਜ਼ਰਿਆ ਉੱਥੇ ਚੰਗਾ ਗੁਜ਼ਰਿਆ ਅੱਛਾ ਕੋਈ ਯਾਰ ਬੇਲੀ ਯਾਰ ਆਉਂਦੇ ਉੱਥੇ ਦੇ ਯਾਰ ਕਰਾੜ ਹੀ ਸੀਗੇ ਅੱਛਾ ਅਤੇ ਸਾਰਾ ਪਿੰਡ ਹੀ ਕਰਾੜਾ ਦਾ ਸੀ ਨਹੀਂ ਨਹੀਂ ਕਰਾੜਾ ਅੱਛਾ ਕਰਾੜਾ ਦਾ ਬਾਜ਼ਾਰ ਸੀ ਅਤੇ ਸ਼ਹਿਰ ਬਹੁਤ ਵੱਡਾ ਸ਼ਹਿਰ ਸੀ ਅੱਛਾ ਦੱਸੋ ਕਿ ਆਪਣੇ ਯਾਰਾਂ ਦੇ ਬਾਰੇ ਜਿਹੜੇ ਤੁਸੀਂ ਤੁਹਾਨੂੰ ਯਾਦ ਆਉਂਦੇ ਹੋ ਹਿੰਦੂ ਹਿੰਦੂ ਮੁਸਲਮਾਨ ਸਿੱਖ ਅੱਛਾ ਇਹ ਤੁਹਾਡੇ ਹਾਣੀ ਸੀ ਸਾਰੇ ਅੱਛਾ ਤੇ ਹੋਰ ਕੋਈ ਜਮਾਤ ਅੱਛਾ 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 ਬਾਬਾ ਜੀ ਇਹਨਾਂ ਕਿ ਤੁਹਾਡਾ ਸਭ ਤੋਂ ਪੱਕਾ ਯਾਰ ਕਿਹੜਾ ਸੀ ਨਾਲ ਕੌਣ ਹੁੰਦਾ ਸੀ ਨਾਲ ਮੁੰਡੇ ਹੁੰਦੇ ਨੀ ਹੋਰ ਅੱਛਾ ਬਾਬਾ ਜੀ ਤੁਹਾਡੇ ਨਾਨਕੇ ਜਿਹੜੇ ਨੇ ਹਿੰਦੁਸਤਾਨ 'ਚ ਇੰਡੀਆ 'ਚ ਕਿੱਥੇ ਸੀਗੇ ਉਹ ਵੀ ਇੱਥੇ ਜੀ ਪਿੰਡ ਦੇ ਵਿੱਚ ਅੱਛਾ ਅੱਛਾ ਯਾਨੀ ਉੱਥੇ ਮਾਮੇ ਚਾਚੇ ਉੱਥੇ ਅੱਛਾ ਅਤੇ ਆਪਣੇ ਚਾਚੇ ਦੇ ਪੁੱਤਾਂ ਦੇ ਨਾਂ ਦੱਸੋ ਜਿਹੜੇ ਤੁਹਾਡੇ ਨਾਲ ਸੀ ਉੱਥੇ ਅੱਛਾ ਅੱਛਾ ਬਾਬਾ ਜੀ ਜਿਸ ਵੇਲੇ ਹੱਲੇ ਪਏ ਨੇ ਉਸ ਵੇਲੇ ਦਾ ਵਾਕਿਆ ਦੱਸੋ ਤੁਸੀਂ ਕੀ ਕਰ ਰਹੇ ਸੀ ਕਿੱਦਾਂ ਪਤਾ ਲੱਗਿਆ ਜਾਣਾ ਅਤੇ ਕਿਸ ਤਰ੍ਹਾਂ ਤੁਸੀਂ ਇੱਥੇ ਆਏ ਰੌਲਾ ਪੈ ਗਿਆ ਅੱਛਾ ਅੱਛਾ ਮਾਰ ਚਾਰ ਗਏ ਬਾਹਰ ਅੱਛਾ ਜੀ ਜਾਣੇ ਰਾਹ ਦੇ ਜਦੋਂ ਆਏ ਨਾ ਪਿੰਡ ਦੇ ਕੋਲ ਅੱਛਾ ਜੀ ਅਤੇ ਫੌਜੀ ਉਹਨਾਂ ਦੇ ਆ ਗਏ ਅੱਛਾ ਉਹਨਾਂ ਫੌਜੀਆਂ ਸਾਨੂੰ ਕਿਹਾ ਵੀ ਚਲੋ ਵੀ ਤੁਹਾਡਾ ਅਮਲ ਕਰ ਦਈਏ ਠੀਕ ਹੈ ਉਹ ਸਾਨੂੰ ਲੈ ਗਿਆ ਝੋਕੇ ਨਾਲ ਅੱਛਾ ਜੀ ਪਿੰਡ ਦੇ ਪਾਸੇ ਚੱਕਿਆ ਸੀ ਖਾਕੀ ਦਾ ਰਾਹ ਅੱਛਾ ਜੀ ਉੱਥੇ ਲੈ ਗਿਆ ਠੀਕ ਉੱਥੇ ਜਾ ਕੇ ਕਹਿੰਦੇ ਜੇ ਜਿਹੜੇ ਕੋਲ ਹਥਿਆਰ ਆ ਨਾ ਉਹ ਦੇ ਦਿਓ
ਅੱਛਾ ਦੂੜੀ ਦੂੜੀ ਹੈ ਦੂੜੀ ਹੈ
ਪਿੰਡ ਦੇ ਵਿੱਚੋਂ ਹੁਣ ਵੀ ਤੁਹਾਨੂੰ ਯਾਦ ਆਉਂਦੇ ਹੋਣਗੇ ਆ ਮੇਰੇ ਯਾਰ ਬੇਲੀ ਸੀ
ਯਾਰ ਉਹ ਪ੍ਰਾਣੀ ਨਿਕਲ ਜਾ ਚਮਾ ਦੀ ਉਹ ਤਾਂ ਲੜੇ ਯਾਰ ਨਿਕਲੇ ਕਿਸੇ ਨੂੰ ਮਿਲਣ ਤੇ ਕਰਦਾ ਜੇ ਕੋਈ ਹੁੰਦਾ ਹੈ ਉਹ ਨਹੀਂ ਜਿੰਦੇ ਅੱਛਾ ਜੀ ਸਾਡੇ ਮਾਰੇ ਮੌਕਾ ਲੋਕ ਨਹੀਂ ਬਾਬਾ ਜੀ ਹੁੰਦਾ ਹੀ ਹੈ ਨਾ ਪਾਸ ਕਰ ਸਾਨੂੰ ਕੋਈ ਮਿਲਦਾ ਆਊਗਾ ਇਹਦਾ ਯਾਦ ਹੁੰਦਾ ਅੱਛਾ ਪਿੰਡ ਤੋਂ ਕਿਹੜੀ ਚੀਜ਼ ਬਹੁਤ ਯਾਦ ਆਉਂਦੀ ਤੁਹਾਨੂੰ ਜਿਹੜੀ ਪਿੰਡ ਦੀ ਬੜੀ ਖਾਸ ਚੀਜ਼ ਤੁਹਾਨੂੰ ਯਾਦ ਆਉਂਦੀ ਹੋਵੇ ਜਿਹੜੀ ਸਾਨੂੰ ਜੂ ਸਾਡੀ ਯਾਦ ਯਾਦ ਆਉਂਦੀ ਹੈ ਤੇਰੇ ਕੰਮ ਕਰਦੇ ਦੀ ਵਾਹੀ ਜਾਂਦੀ ਅੱਛਾ ਜੀ ਮਾਰ ਜਾਂਦੇ ਬਾਬਾ ਜੀ ਖਾਬਾ ਕਿ ਆਉਂਦੀ ਹੋਣੀ ਜਗ੍ਹਾ ਤੁਹਾਡੀ ਹਾਂ ਹਾਂਜੀ ਕਈ ਵਾਰੀ ਤਾਂ ਖਾਬ ਦੇ ਵਿੱਚ ਹੀ ਤੇ ਘਰ ਨਹੀਂ ਘਰ ਨਹੀਂ ਆਇਆ ਕਦੇ ਘਰ ਤੱਕ ਝੱਟ ਤੁਸੀਂ ਪੈਰ ਨੂੰ ਮਾਰ ਦਿਆ ਨਾ ਅੱਛਾ 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 ਪਾਕਿਸਤਾਨ ਚ ਆ ਗਏ ਤੁਸੀਂ ਇੱਥੇ ਉਸ ਤੋਂ ਬਾਅਦ ਜਾਣ ਦੀ ਕੋਸ਼ਿਸ਼ ਕੀਤੀ ਨਹੀਂ ਇੱਥੇ ਇੱਥੇ ਅੱਛਾ ਇੱਥੋਂ ਤੁਸੀਂ ਪਾਕਿਸਤਾਨ ਜਿਸ ਵੇਲੇ ਵੜ ਗਏ ਫਿਰ ਕਿੱਥੇ ਰਿਹਾਇਸ਼ ਕੀਤੀ ਆ ਲਾਹੌਰ ਜਿੱਥੇ ਤੁਸੀਂ ਆ ਗਏ ਹਾਂ ਇੱਥੇ ਬੱਗੇ ਮੇਰੇ ਨੇ ਲੈਲਪੁਰ ਦੇ ਹਲਕੇ 'ਚ ਹਾਂ ਲੈਲਪੁਰ 'ਚ ਅੱਛਾ ਜੀ ਨਾਜ਼ਰੀਨ ਲੈਲਪੁਰ ਸਾਡਾ ਉਹ ਇਲਾਕਾ ਕਿ ਜਿਸ ਵੇਲੇ ਬਾਹਰ ਵਸੀ ਸੀ ਨਾ ਅਤੇ ਸਮੁੰਦਰੀ ਤੋਂ ਲੈ ਕੇ ਜੜ੍ਹਾਂ ਵਾਲੇ ਰਮਖਾਣਾ ਸਾਹਿਬ ਤੱਕ ਨਾ ਕਿ ਬਾਹਰ ਵਸੀ ਸੀ ਜਿਸ ਵੇਲੇ ਸੰਨ 1857 'ਚ ਅੰਗਰੇਜ਼ ਨੇ ਕਿਹਾ ਕਿ ਤੁਸੀਂ ਆ ਕੇ ਇੱਥੇ ਜਗ੍ਹਾ ਮੰਨ ਲਓ ਇੱਥੇ ਬਾਹਰ ਵਸਾਓ ਇਸ ਨੂੰ ਅੰਡਰ ਕਲਟੀਵੇਸ਼ਨ ਸੀ ਕਿਹਾ ਇੱਥੇ ਕਾਸ਼ਤਕਾਰੀ ਕਰੋ ਜਗ੍ਹਾ ਸਿਧਾਉਂਦੀ ਨਾ ਫਿਰ ਹੋਇਆ ਇਸ ਤਰ੍ਹਾਂ ਕਿ ਜਿਸ ਵੇਲੇ ਪਾਰਟੀਸ਼ਨ ਸ਼ੁਰੂ ਹੋਈ ਆ ਵਡਾਂਗਾ ਸ਼ੁਰੂ ਹੋਇਆ ਧਾੜ ਵੀ ਪੈ ਗਏ ਉਸ ਵੇਲੇ ਇਹ ਸਾਰੀ ਪੱਟੀ ਉੱਠ ਕੇ ਜਿਹੜੀ ਆ ਨਾ ਉੱਧਰ ਕਨਵਰਟ ਹੋ ਗਈ ਔਰ ਉੱਧਰੋਂ ਅੰਮ੍ਰਿਤਸਰ ਲੁਧਿਆਣਾ ਹੁਸ਼ਿਆਰਪੁਰ ਜਲੰਧਰ ਇਹ ਸਾਰੇ ਲੋਕ ਫਿਰ ਸਾਡੇ ਪਾਕਿਸਤਾਨ ਨੂੰ ਮਾਈਗ੍ਰੇਟ ਹੋ ਗਏ ਅੱਜ ਦੀ ਇਹ ਦਾਸਤਾਨ ਜਿਹੜੀ ਬਾਬਾ ਜੀ ਸੁਣਾ ਰਹੇ ਆ ਉਸੇ ਚੀਜ਼ ਦੀ ਇੱਕ ਕੜੀ ਆ ਕਿ ਪਿਛੋਕੜਾ ਹਰ ਬੰਦੇ ਨੂੰ ਪਿਆਰਾ ਹਰ ਬੰਦਾ ਆਪਣੇ ਪਿਛੋਕੜੇ ਨੂੰ ਪਸੰਦ ਕਰਦਾ ਸੇਤੀ ਜਗ੍ਹਾ ਮੂੰਕਾ ਦਾ ਅੱਛਾ ਜੀ ਉਹਨੇ ਆ ਕੇ ਦੱਸਿਆ ਵੀ ਨਾਮ ਨਾਮ ਪਤਾ ਕੀ ਇਹਦਾ ਨਾਮ ਜੀ ਬੋਲਦਾ ਕੌਣ ਜੀ ਅੱਛਾ ਜੀ ਉਹ ਕਹਿੰਦਾ ਵੀ ਜਗ੍ਹਾ ਦਾ ਨੰਬਰ ਦਾ ਅੱਛਾ ਤੁਹਾਡੇ ਦੇ ਡਿਵੀਜ਼ਨ ਇਕੱਠਾ ਆ ਕੇ ਬੰਦਾ ਵੀ ਨਹੀਂ ਹੋਇਆ ਹੁਣ ਹੋ ਗਿਆ ਜੀ ਤੁਹਾਡੇ ਦੇ ਕੰਮ ਪਾਉਣ ਵਾਲੀ ਜਗ੍ਹਾ ਬਣੇ ਅੱਛਾ ਪਹਿਲੇ ਮੁਖਬਰੀ ਹੋ ਗਈ ਜਥੇ ਦੀ ਪਹਿਲੇ ਦੱਸ ਗਏ ਅੱਛਾ ਸਾਨੂੰ 12 ਵਜੇ ਪੈਣਾ ਤੁਹਾਡੇ ਠੀਕ ਫਿਰ ਜੀ ਫਿਰ ਜੀ ਉਹ ਗੱਲ ਜੀ ਦੇ 12 ਵਜੇ ਆ ਜੀ ਤੇ ਸਾਨੂੰ ਦੱਸ ਗਿਆ ਜੀ ਅੱਜ ਦੁਨੀਆ ਸਾਡੀ ਨਿਕਲ ਕੋਈ ਬਾਹਰ ਅੱਛਾ ਮੈਦਾਨ ਅੱਛਾ ਉੱਥੇ ਕੋਈ ਲੜਾਈ ਹੋਈ ਅੱਛਾ ਮੈਦਾਨ ਦੇ ਵਿੱਚ ਫਿਰ ਕੀਤਾ ਮੁਕਾਬਲਾ ਉਹਦੇ ਮੁਕਾਬਲਾ ਪੂਰਾ ਕੀਤਾ ਉਹਦੇ ਬਣੀ ਸੀ ਇੱਕ ਪਾਣੀ ਦੀ ਵਗਦੀ ਨਹਿਰ ਅੱਛਾ ਇੱਕ ਨਹਿਰ ਦੀ ਉੱਥੇ ਕੰਮ ਪਾ ਗਿਆ ਅੱਛਾ ਛੱਡੇ ਸਾਰੇ ਮਾਰ ਦੇ 500 ਬੰਦਾ ਮਾਰਿਆ ਅੱਛਾ ਚਲੋ ਲੜਾਈ ਦੇ ਵਿੱਚ 13 ਬੰਦੇ ਲੜਾਈ ਦੇ ਵਿੱਚ ਲੜਾਈ ਦੇ ਤੇ ਤੁਸੀਂ ਬਾਬਾ ਜੀ ਦਾ ਨੁਕਸਾਨ ਨਹੀਂ ਹੋਇਆ ਅੱਛਾ ਅੱਛਾ ਸਾਡੇ ਕਿਸੇ ਦਾ ਇੱਕ ਨੁਕਸਾਨ ਨਹੀਂ ਹੋਇਆ ਅੱਛਾ ਅੱਛਾ ਤੇ ਮਾਈਆਂ ਨੇ ਕਹਿ ਗਿਆ ਉਹ ਕੋਠੇ ਤੇ ਚੜ ਗਿਆ ਇਹ ਕਰਾਂ ਜੀ ਬੋਲ ਰਿਹਾ ਕਰਾਂ ਜੀ ਪਾਣੀ ਅੱਛਾ ਅੱਛਾ ਲੜਾਈ ਸਾਡੀ ਸਹੀ ਬਾਬਾ ਜੀ ਮੈਂ ਇੱਕ ਚੀਜ਼ ਉੱਥੇ ਨੋਟ ਕੀਤੀ ਮੈਂ ਹਿੰਦੁਸਤਾਨ ਦੇ ਦੌਰੇ 'ਤੇ ਜਾਂਦਾ ਰਹਿੰਦਾ ਕਿ ਜਿਹੜੇ ਅੱਜ ਛੋਟੇ ਸਿੰਘ ਸੀ ਨਾ ਅੱਜ ਚਮਾਰ ਹੋ ਗਏ ਸਾਂਸੀ ਹੋ ਗਏ ਇਹਨਾਂ ਨੇ ਬਹੁਤਾ ਵਡਾਂਗਾ ਕੀਤਾ ਜਿਹੜੇ ਸਰਦਾਰ ਲੋਕ ਸੀ ਨਾ ਸਿਰ ਕੱਢਵੇ ਸਰਦਾਰ ਉਹਨਾਂ ਨੇ ਤਾਂ ਸਾਡੀ ਬੜੀ ਮਦਦ ਕੀਤੀ ਆ ਉੱਥੇ ਮੈਂ ਉੱਥੇ ਤਕਰੀਬਨ 12 ਲੋਕਾਂ ਨੂੰ ਮਿਲਿਆ ਮੈਂ ਯੂਰਪ ਦੇ ਵਿੱਚ ਵੀ ਜਾ ਕੇ ਸਿੱਖਾਂ ਨੂੰ ਮਿਲਿਆ ਜੀ ਬਾਬਾ ਜੀ ਮੈਨੂੰ ਇਹ ਦੱਸਿਓ ਕਿ ਪਿੰਡ ਦੇ ਵਿੱਚ ਤੁਹਾਡਾ ਘਰ ਜਿਹੜਾ ਕਿਹੜੀ ਕੋਠ ਵਿੱਚ ਸੀ ਅੱਛਾ ਆਪਣੇ ਪਿੰਡ ਦੇ ਕਿੰਨੇ ਕੁ ਘਰ ਬੈਠੇ ਸੀ ਉੱਥੇ ਆਪਣੇ ਟੱਬਰ ਦੇ ਕਿੱਥੇ ਆਪਣੇ ਪਿੰਡ ਦੇ ਵਿੱਚ ਉੱਥੇ ਇੰਡੀਆ ਦੇ ਵਿੱਚ ਤੁਹਾਡੇ ਚਾਚੇ ਦਾ ਕਿੰਨੇ ਕੁ ਘਰ ਸੀ ਕਿਹੜੇ ਘਰ ਪੰਜ ਚਾਰ ਘਰ ਅੱਛਾ ਕੋਈ ਉਹਨਾਂ ਦੇ ਨਾਮ ਚਾਚਿਆਂ ਦੇ ਹਾਂਜੀ ਇੱਕ ਨਾ ਵੀਰ ਦੇ ਇੱਕ ਨਾ ਉਮਰ ਦੇ ਸੀ ਅੱਛਾ ਜਾਂ ਹੋਰ ਆਪਣੇ ਦੇ ਆਦੇ ਅੱਛਾ ਬਾਬਾ ਜੀ ਉੱਥੇ ਭੂਆ ਜਿਹੜੇ ਨੇ ਭੂਆ ਜੀ ਨੂੰ ਕਹਿੰਦੇ ਆਪਾਂ ਉਹਦਾ ਬੜਾ ਬੋਹ ਆ ਤੇ ਆਪਣੀਆਂ ਭੂਆ ਕਿੱਥੇ ਸੀ ਉੱਥੇ ਉੱਥੇ ਕਿੱਥੇ ਪਿੰਡ ਦੇ ਵਿੱਚ ਜਾਂ ਨਾਲ ਦੇ ਲਾਭ ਦੇ ਪਿੰਡ ਅੱਛਾ ਅੱਛਾ ਸਾਰੇ ਰਿਸ਼ਤੇਦਾਰੀ ਉੱਥੇ ਕੀਤੀ ਹੋਈ ਸੀ ਬਾਬਾ ਜੀ ਤੁਹਾਡੇ ਦਾਦਾ ਜੀ ਦਾ ਨਾਮ ਮਹੱਲਾ ਬਾਈ ਦੀ ਕਲੀਲਾ ਦਾ ਕਲੀਲਾ ਦਾ ਕਲੀਲਾ ਮਹੱਲਾ ਅੱਛਾ ਬਾਬਾ ਜੀ ਤੁਹਾਡੇ ਦਾਦਾ ਜੀ ਦਾ ਕੀ ਨਾਮ ਸੀ ਮੰਗਦੇ ਦੇਖਿਆ ਤੁਸੀਂ ਕੀ ਕਰਦੇ ਸੀ ਵਾਈ ਦਾਦਾ ਜੀ ਉਹਨਾਂ ਦੇ ਪਿਆਰ ਮੇਲੀ ਤੁਹਾਨੂੰ ਯਾਦ ਹੋਣ ਪਿੰਡ ਦਾ ਯਾਦ ਹੋ ਗਿਆ ਕਿਸ ਤਰ੍ਹਾਂ ਰਹਿੰਦੇ ਸੀ ਕਿੱਦਾਂ ਜਾਂਦੇ ਕਿੱਦਾਂ ਪਿਆਰ ਨੂੰ ਮਿਲਦੇ ਸੀ ਯਾਰ ਮੁੰਡੇ ਜਿਹੜੇ ਲੋਕਾਂ ਦੇ ਸੀਗੇ ਯਾਦ ਹੋਣ ਅੱਛਾ ਕੋਈ ਤੁਹਾਨੂੰ ਬੁੱਢੇ ਯਾਦ ਹੋਣ ਜਿਹੜੇ ਤੁਹਾਨੂੰ ਯਾਦ ਯਾਦ ਆਉਂਦੇ ਹੋਣ ਗਿਆ ਸਾਡੇ ਬਜ਼ੁਰਗ ਸੀਗੇ ਹਾਂਜੀ ਕਿਹੜੇ ਕਿਹੜੇ ਸੀ ਬਾਬੇ ਹਾਂ ਕਿਹੜੇ ਕਿਹੜੇ ਸੀ ਬਾਬਾ ਖੈਰਾ ਜੀ ਅੱਛਾ ਜੀ ਨਾਮ ਦੇ ਅੱਛਾ ਖੈਰਾ ਜੀ ਅੱਛਾ ਇਹੋ ਜਿਹਾ ਨਾਮ ਦੇ ਬਾਬੇ ਜੀ ਤੇ ਸਰਦਾਰ ਕੋਈ ਸਰਦਾਰ ਸਰਦਾਰ ਤੁਹਾਡੇ ਪਿੰਡ ਕੋਈ ਨਹੀਂ ਅੱਛਾ 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 ਤੁਹਾਡੇ ਪਿੰਡ ਕੋਈ ਨਹੀਂ ਅੱਛਾ ਅੱਛਾ ਕਰਾੜ ਸੀ ਕਿਸੇ ਕਰਾੜਾ ਦਾ ਬਲਾਰ ਸੀ ਪ੍ਰਧਾਨ ਸੀਗੇ ਪ੍ਰਧਾਨ
ਉੱਥੇ ਵੀ ਰਾਵਲਪਿੰਡੀ ਦੇ ਸਾਰੇ ਪਠਾਣ ਜਿਹੜੇ ਆ ਨਾ ਪਠਾਣਾ ਦੇ ਨਾਮ ਤੋਂ ਸ਼ੁਰੂ ਹੈ। ਇਸੇ ਤਰ੍ਹਾਂ ਬਾਬੇ ਦਾ ਪਿੰਡ ਜਿਹੜਾ ਸੀ ਨਾ ਮਿਆਣੀ ਮਿਆਣੀ ਪਠਾਣਾ, ਇਹ ਪਠਾਣਾ ਦੇ ਨਾਮ ਤੋਂ ਆਈ ਸੀ। ਅੱਛਾ ਬਾਬਾ ਜੀ, ਤੁਸੀਂ ਇਹ ਦੱਸੋ ਕਿ ਜਿਹੜੇ ਤੁਹਾਡੇ ਅੱਬਾ ਜੀ ਸੀ ਵਾਲਦ ਸਾਹਿਬ ਤੁਹਾਡੇ, ਠੀਕ ਹੈ, ਉਹ ਕੀ ਕਰਦੇ ਸੀਗੇ? ਤੁਹਾਡੇ ਨਾਲ ਹੀ? ਅੱਛਾ, ਦੋਨੇ ਰਲ ਕੇ ਵਾਹੀ ਕਰਦੇ ਸੀ। ਅੱਛਾ ਬਾਬਾ ਜੀ, ਤੁਹਾਡੇ ਨਾਲ ਨਾਲ ਦੇ ਪਿੰਡ ਜੇ ਤੁਹਾਨੂੰ ਯਾਦ ਹੋਣਗੇ ਥੋੜ੍ਹੇ ਜਿਹੇ, ਜਿੱਥੇ ਤੁਸੀਂ ਜਾਂਦੇ ਸੀ ਯਾਰਾਂ ਮੇਲੀਆਂ ਨਾਲ ਸੈਰ ਕਰਨ, ਕਿਹੜੇ ਕਿਹੜੇ ਸੀ? ਅੱਛਾ, ਦੁਬਰਜੀ, ਵੈਂਸਾ, ਜਗਾਲਪੁਰ, ਅੱਛਾ ਤੱਲਾ, ਤੱਲਾ ਜਾਂ ਤਿੱਲਾ? ਤਿੱਲਾ ਮਰੋਲੀ, ਤਿੱਲਾ ਮਰੋਲੀ ਦੋ ਪਿੰਡ ਸੀ। ਹਾਂ, ਤਿੱਲਾ ਮਰੋਲੀ ਪਿੰਡ ਸੀ ਦੋ, ਮੈਂ ਦੇਖੀ ਉਹ ਤਿੱਲਾ। ਅੱਛਾ, ਹੋਰ ਬਾਬਾ ਜੀ, ਅੱਛਾ ਯਾਰਾਂ ਮੇਲਿਆਂ ਦੇ ਮੇਲੇ ਮੁਲੇ ਦੇਖਣ ਜਾਂਦੇ ਸੀ? ਕਿਹੜਾ ਕਿਹੜਾ ਮੇਲਾ? ਮੇਲਾ ਝੱਲੀ ਦਾ, ਇਹ ਕਿੱਥੇ ਲੱਗਦਾ? ਸਾਊਥਪੁਰ ਦਾ ਲੱਗਦੇ। ਅੱਛਾ, ਝੱਲੀ ਦਾ ਮੇਲਾ ਕਿੱਥੇ ਲੱਗਦਾ ਸੀ? ਝੱਲੀ ਦਾ ਮੇਲਾ ਲੱਗਦਾ ਸੀ। ਅੱਛਾ, ਹੋਰ ਕਿਹੜਾ ਮੇਲਾ? ਅੱਛਾ ਅੱਛਾ ਅੱਛਾ, ਹੋਰ ਕੋਈ ਹੋਰ ਮੇਲਾ ਬਾਬਾ ਜੀ? ਕੋਈ ਅੱਛਾ ਲਾਦੜਾ, ਹਾਂ ਲਾਦੜਾ ਪਿੰਡ ਹੈ, ਲਾਦੜਾ ਲਾਦੜਾ ਪਿੰਡ, ਇੱਥੇ ਲੈਲਪੁਰ 'ਚ ਵੀ ਲੋਕ ਬੈਠੇ ਨੇ ਲਾਦੜਾ ਦੇ। ਅੱਛਾ, ਹੋਰ ਬਾਬਾ ਜੀ ਕੋਈ ਹੋਰ ਕੋਈ ਯਾਦ ਹੋਵੇ ਅਸੀਂ? ਹਾਂਜੀ, ਅੱਛਾ ਜੇ ਤੁਹਾਨੂੰ ਅਸੀਂ ਇੰਡੀਆ ਭੇਜੀਏ? ਨਹੀਂ, ਅਸੀਂ ਭੇਜਣਾ ਤੁਹਾਨੂੰ ਨਹੀਂ, ਰਾਜ ਨੂੰ ਤੁਹਾਨੂੰ ਡਿੱਗਣ ਦਿੰਦੇ, ਤੁਹਾਨੂੰ ਅਸੀਂ ਇੰਡੀਆ ਦਾ ਲੈ ਕੇ ਜਾਈਏ। ਤੁਸੀਂ ਆਪਣੇ ਪਿੰਡ ਦੇ ਵਿੱਚ ਜਾ ਕੇ ਕੀ ਦੇਖਣਾ ਪਸੰਦ ਕਰੋ? ਇੱਕ ਦੂਸਰੀ ਗੱਲ ਇਹ ਦੱਸਣੀ, ਕਿਹੜੇ ਤੁਸੀਂ ਯਾਰ ਦੇ ਖਾਨਦਾਨ ਨੂੰ ਮਿਲਣਾ ਪਸੰਦ ਕਰੋ? ਕਿ ਲੈ ਵੀ ਉਹ ਸਾਡਾ ਬੜਾ ਮੋਹ ਕਰਦੇ ਸੀ। ਅੱਛਾ, ਨਹੀਂ ਜੇ ਤੁਸੀਂ ਜਾਓ ਪਤਾ ਤਾਂ ਲੱਗ ਜਾਂਦਾ ਕਿ ਫਲਾਣੇ ਦਾ ਪਿਛੋਕੜਾ ਬੈਠਾ, ਫਲਾਣੇ ਦਾ ਘਰ ਬੈਠਾ, ਇਹਨਾਂ ਦਾ ਹੁੰਦਾ? ਹੁਣ ਮੈਂ ਆਪਣੇ ਆਪੇ ਦੇ ਯਾਰਾਂ ਨੂੰ ਮਿਲ ਕੇ ਆਇਆ ਜਿਹੜੇ ਮੇਰੇ ਮੇਰਾ ਖੇਡਦੇ ਹੁੰਦੇ ਸੀ, ਜਿਹੜੇ ਮੇਰੇ ਮੇਰਾ ਖੇਡਦੇ ਸੀ ਛੋਟੇ, ਮੈਂ ਸਾਰਾ ਸਾਰੇ ਮਿਲ ਕੇ ਆਵਾਂ ਲੋਕਾਂ ਨੂੰ। ਉਹ ਇੱਕ ਮਾਈਕ ਸੀ, ਉਹ ਕਹਿੰਦੀ ਮੈਂ ਤੇਰੇ ਮੈਨੂੰ ਪੜ੍ਹਾਉਂਦੀ ਰਹੀ ਹਾਂ, ਇੰਨੀ ਤਾਂ ਹੁਣ ਲੋਕ ਉੱਥੇ ਬੈਠੇ ਹੀ ਆ। ਇਸੇ ਤਰ੍ਹਾਂ ਮੈਂ ਤੁਹਾਨੂੰ ਕਹਿੰਦਾ ਕਿ ਕੋਈ ਐਸੀ ਬੀਬੀ, ਕੋਈ ਐਸਾ ਯਾਰ ਮਿਲੀ, ਕੋਈ ਐਸਾ ਬਜ਼ੁਰਗ ਤੁਹਾਨੂੰ ਯਾਦ ਆਉਂਦਾ ਕਿ ਲੈ ਵੀ ਉਹ ਬੜਾ ਚੰਗਾ ਸੀ? ਅਗਰ ਤੁਸੀਂ ਸਾਡਾ ਪ੍ਰੋਗਰਾਮ ਜਿਸ ਵੇਲੇ ਦੇਖੋਗੇ ਯੂਟਿਊਬ ਦੇ ਉੱਪਰ ਜਾਂ ਸਾਡੇ ਚੈਨਲ ਦੇ ਉੱਪਰ, ਸਾਨੂੰ ਇਸ ਪਿੰਡ ਦਾ ਅਗਰ ਕੋਈ ਤੁਹਾਨੂੰ ਕਿਸੇ ਵਾਸਤਾ ਬਿੱਲ ਵਾਸਤਾ ਵੀ ਦਿੱਤਾ ਲੱਗੋ ਤਾਂ ਸਾਡੇ ਨੰਬਰ ਸਕਰੀਨ 'ਤੇ ਆ ਰਹੇ ਨੇ, ਜ਼ਰੂਰ ਸਾਡੇ ਨਾਲ ਰਾਬਤਾ ਕਰਿਓ ਔਰ ਅਸੀਂ ਬਾਬਾ ਜੀ ਨੂੰ ਕਹਿਦਾ ਉਹ ਦਿਸ਼ਾ ਦੇਵਾਂਗੇ ਬਾਬਾ ਜੀ ਕਿ ਬਈ ਤੁਹਾਡੇ ਪੁਰਾਣੀ ਫੈਮਲੀ, ਪੁਰਾਣੀ ਚੀਜ਼, ਪੁਰਾਣੇ ਲੋਕ ਬੈਠੇ। ਕਿਉਂਕਿ ਸਾਡੇ ਚੈਨਲ ਦੇ ਥਰੂ ਅਸੀਂ ਬੜੇ ਲੋਕਾਂ ਨੂੰ ਕੋਸ਼ਿਸ਼ ਕੀਤੀ ਆਪਸ 'ਚ, ਬੜੇ ਲੋਕ ਆਪਸ 'ਚ ਮਿਲੇ। ਬਾਬਾ ਜੀ, ਆਖਰ 'ਤੇ ਸਾਨੂੰ ਕੋਈ ਗੱਲ ਜਿਹੜੀ ਤੁਸੀਂ ਆਪਣੇ ਵਿਛੜੇ ਹੋਏ ਯਾਰਾਂ ਨੂੰ ਕਹਿਣਾ ਚਾਹੁੰਦੇ ਹੋ, ਕੋਈ ਗੱਲ ਐਸੀ ਜਿਹੜੀ ਤੁਸੀਂ ਆਪਣੇ, ਕਿਉਂਕਿ ਸਾਡਾ ਪ੍ਰੋਗਰਾਮ ਹਿੰਦੁਸਤਾਨ 'ਚ ਵੀ ਦੇਖਿਆ ਜਾਣਾ, ਆ ਤੁਹਾਡਾ ਜਿਹੜਾ ਗੱਲਬਾਤ ਹੋਈ ਹੈ ਨਾ ਇੰਡੀਆ 'ਚ ਵੀ ਲੋਕਾਂ ਨੇ ਦੇਖਣਗੇ, ਕੋਈ ਐਸੀ ਗੱਲ? ਬੜਾ ਟੱਬਰ ਤਗੜਾ ਸਾਰੇ। ਅੱਛਾ ਜੀ, ਮੈਂ ਲਾਇਆ ਲਾਇਆ, ਹਾਂ ਕੋਈ ਸਾਡਾ ਵੱਡਾ ਬੰਦਾ ਨਹੀਂ ਰਹਿ ਗਿਆ। ਅੱਛਾ, ਸਵਾਲ ਨਹੀਂ ਮੈਂ ਜੀ ਤੁਹਾਡੇ ਇਹ ਹੋਈ ਨਾ ਉਧਰ। ਅੱਛਾ, ਉਹ ਸਾਡੇ ਉਹ ਸਾਨੂੰ ਵੀ ਪਤਾ ਪਾਉਣਾ ਕੀ ਬਣੇਗਾ ਕੀ। ਚਲੋ ਅਜੀ ਉਹਦੇ ਕੰਮ। ਅੱਛਾ ਚਲੋ, ਆਪਣੇ ਪਿੰਡ ਵਾਸਤੇ ਕੀ ਕਹਿਣਾ ਚਾਹੋਗੇ? ਕਿੱਦਾਂ ਦਾ ਕੀ ਕਹਿਣਾ ਚਾਹੋਗੇ ਆਪਣੇ ਪਿੰਡ, ਆਪਣੇ ਪਿੰਡ ਵਾਸਤੇ ਕੋਈ ਨਫਾ ਹੀ ਬੋਲੋ ਵੀ ਦੱਸੋਗੇ ਵੀ ਕਿੱਦਾਂ, ਜੇ ਹੁਣ ਤੁਸੀਂ ਜਾਓ ਤੇ ਕਿੱਦਾਂ ਦਾ ਪਿੰਡ ਤੁਸੀਂ ਦੇਖਣਾ ਚਾਹੁੰਦੇ, ਪੁਰਾਣਾ ਹੀ ਕਿ ਨਵਾਂ? ਨਵਾਂ ਬਣ ਗਿਆ, ਹੁਣ ਪੁਰਾਣਾ ਕਿੱਥੇ ਰਹਿ ਗਿਆ? ਅੱਛਾ ਬਾਬਾ ਜੀ, ਕਦੇ ਜਾਣ ਨੂੰ ਦਿਲ ਨਹੀਂ ਕੀਤਾ ਤੁਹਾਡਾ? ਅਗਰ ਅਸੀਂ ਤੁਹਾਨੂੰ ਇੰਡੀਆ ਲਿਜਾ ਕੇ ਤੁਹਾਡੇ ਪਿੰਡ ਦੇ ਬਾਹਰ ਦੀ ਬੋਰਡ ਤੇ ਛੱਡ ਦਈਏ, ਤੁਸੀਂ ਆਪਣਾ ਘਰ ਲੱਭ ਲਓ? ਹਾਂਜੀ, ਤੇ ਫਿਰ ਚਲੋ ਚਲੀਏ। ਬਾਬਾ ਮੇਰੇ ਮੁੰਡੇ ਜਾਣ ਦਿੰਦੇ ਮੈਨੂੰ ਕੱਚੇ ਜਾਣ ਵਧੀਆ।
ਸਾਡੇ ਇਸ ਪ੍ਰੋਗਰਾਮ ਨੂੰ ਨਜ਼ਦੀਕੀ ਕੋਈ ਦੇਖ ਰਿਹਾ ਜ਼ਰੂਰ ਸਾਨੂੰ ਕਮੈਂਟਸ ਕਰੇ ਔਰ ਸਾਡੀ ਕੋਸ਼ਿਸ਼ ਹੋਊਗੀ ਕਿ ਅਗਰ ਕੋਈ ਜਾਣਦਾ ਕੋਈ ਮਿਲਣਾ ਚਾਹੁੰਦਾ ਅਸੀਂ ਜ਼ਰੂਰ ਰਾਬਤਾ ਕਰਵਾਉਂਗੇ ਕਿਉਂਕਿ ਸਾਡੇ ਪ੍ਰੋਗਰਾਮ ਦਾ ਇਹੀ ਮਕਸਦ ਹੁੰਦਾ ਡਿਸਕ੍ਰਾਈਬ ਕਰਨ ਦਾ ਇਹੀ ਮਕਸਦ ਆ ਕਿ ਅਸੀਂ ਜਿਹੜੇ ਵਿਛੜੇ ਹੋਏ ਫੈਮਿਲੀ ਵਾਲੇ ਨੂੰ ਨੇੜੇ ਲੈ ਕੇ ਬਹੁਤ ਸ਼ੁਕਰੀਆ ਥੈਂਕ ਯੂ Mm-hmm.